ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਮਾਲੋਗਿੱਲ ਦੇ ਖੇਤਾਂ ਦੇ ਵਿੱਚ ਡਰੋਨ ਦਾ ਕੰਟਰੋਲ ਟੁੱਟਣ ਦੇ ਕਾਰਨ ਡਿੱਗੀ ARPA ਡਰੋਨ ਨੂੰ ਏਅਰ ਫੋਰਸ ਦੇ ਜਵਾਨਾਂ ਨੇ ਕਬਜ਼ੇ ਦੇ ਵਿੱਚ ਲੈ ਲਿਆ। ਮੌਕੇ ਤੋਂ ਇਕੱਠੀ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਕਰੀਬ 3 ਵਜੇ ਪਿੰਡ ਮਾਲੋਗਿੱਲ ਵਿਖੇ ਮੁਸਤਫਾਪੁਰ ਖਾਨੋਵਾਲ ਖੇਤਰ ਦੇ ਵਿੱਚ ਲਗਾਤਾਰ ਸਵਾ ਘੰਟਾ ਇੱਕ ਹੈਲੀਕਾਪਟਰ ਅਸਮਾਨ ਵਿੱਚ ਲਗਾਤਾਰ ਉੱਡਦਾ ਦੇਖਿਆ ਗਿਆ। ਬਾਅਦ ਵਿੱਚ ਇਹ ਖਬਰ ਫੈਲਣੀ ਸ਼ੁਰੂ ਹੋ ਗਈ ਕਿ ਖੇਤਾਂ ਦੇ ਵਿੱਚ ਕੋਈ ਜਹਾਜ਼ ਡਿੱਗਿਆ ਹੈ। ਸਖ਼ਤ ਮਿਹਨਤ ਤੋਂ ਬਾਅਦ ਪੁਲਿਸ ਕਰਮਚਾਰੀ ਪਿੰਡ ਮਾਲੋਗਿੱਲ ਦੇ ਖੇਤਾਂ ਵਿੱਚ ਪਹੁੰਚੇ ਜਿੱਥੇ ਉਹਨਾਂ ਨੇ ਇੱਕ ARPA ਦਾ ਡਰੋਨ ਝੋਨੇ ਦੇ ਖੇਤਾਂ ਵਿੱਚ ਡਿੱਗਾ ਬਰਾਮਦ ਕੀਤਾ। ਇਸ ਕਾਰਨਾਂ ਦੇ ਬਾਅਦ ਏਅਰਫੋਰਸ ਦੇ ਅਧਿਕਾਰੀ ਅਤੇ ਜਵਾਨ ਇਸ ARPA ਦੇ ਡਰੋਨ ਨੂੰ ਚੁੱਕਣ ਲਈ ਪੁੱਜੇ। ਇੱਥੇ ਦੱਸਣਯੋਗ ਹੈ ਕਿ ਅਸਮਾਨ ਦੇ ਵਿੱਚ 1.5 ਘੰਟੇ ਦੇ ਕਰੀਬ ਉੱਡਦੇ ਰਹੇ ਹੈਲੀਕਾਪਟਰ ਕਾਰਨ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ ਅਤੇ ARPA ਡਰੋਨ ਏਅਰਫੋਰਸ ਦੇ ਵੱਲੋਂ ਆਪਣੇ ਕਬਜ਼ੇ ਵਿੱਚ ਲੈਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਇਸ ਸੰਬੰਧੀ DSP ਭਾਰਤ ਭੂਸ਼ਣ ਨੇ ਕਿਹਾ ਕਿ ਏਅਰਫੋਰਸ ਦੇ ਵੱਲੋਂ ਖੇਤਾਂ ਵਿੱਚ ਡਿੱਗੇ ARPA ਡਰੋਨ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਗਿਆ। ਦੂਸਰੇ ਪਾਸੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ARPA ਡਰੋਨ ਏਅਰਫੋਰਸ ਦੇ ਵੱਲੋਂ ਉਡਾਇਆ ਗਿਆ ਸੀ। ਫਿਲਹਾਲ ਖਬਰ ਲਿਖੇ ਜਾਣ ਤੱਕ ਮੀਡੀਆ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਉਹ ਕਿਸ ਕਾਰਨ ਖੇਤਾਂ ਦੇ ਵਿੱਚ ਡਿੱਗ ਪਿਆ। 3:30 ਡਿੱਗਿਆ ਜੀ ਅਤੇ ਮੇਰੀ ਨੂੰਹ ਕੋਠੇ ਦੇ ਉੱਤੇ ਚੜ੍ਹੀ ਆ ਅਤੇ ਉਹ ਅਸੀਂ ਅੰਦਰ ਬੈਠੇ ਹਾਂ ਅਤੇ ਮੇਰੀ ਨੂੰਹ ਆਖਣ ਡੇ ਡੈਡੀ ਉਹ ਪਤਾ ਨਹੀਂ ਕੀ ਡਿੱਗ ਪਿਆ ਤਾਂ ਅਸੀਂ ਕੋਠੇ ਜਾ ਕੇ ਚੜ੍ਹ ਕੇ ਵੇਖਿਆ ਅਤੇ ਉਹ ਉੱਥੇ ਡਿੱਗਿਆ। ਅਸੀਂ ਲਾਗ ਲਾਗੇ ਸਾਰਿਆਂ ਦੁਹਾਈ ਪਾਈ ਆ ਵੀ ਜਹਾਜ਼ ਡਿੱਗ ਪਿਆ ਅਤੇ ਉੱਥੇ ਸਾਰੀ ਦੁਨੀਆ ਇਕੱਠੀ ਹੋ ਗਈ ਹੈ ਅਤੇ 3:30 ਦੇ ਕਰੀਬ ਡਿੱਗਿਆ। ਹਾਂਜੀ ਇੱਕ ਹੈਲੀਕਾਪਟਰ ਫਿਰ ਇਹਦੇ ਉੱਤੇ ਹੀ ਘੁੰਮਦਾ ਰਿਹਾ ਇੱਕ ਜਦੋਂ ਡਿੱਗ ਪਿਆ ਨਾ ਇਹ ਡਿੱਗ ਪਿਆ ਤੇ ਇਹਦੇ ਉੱਤੇ ਫਿਰ ਇੱਕ ਹੈਲੀਕਾਪਟਰ ਇਹਦੇ ਉੱਤੇ ਹੀ ਘੁੰਮਦਾ ਰਿਹਾ। ਹਾਂਜੀ ਉਹ 1.5 ਘੰਟਾ ਉੱਤੇ ਰਿਹਾ ਘੁੰਮਦਾ। ਇਹ ਫੋਰਸ ਜੀ 1.5 ਘੰਟੇ ਤੱਕ ਆ ਗਈ ਜੀ। ਆਵਾਜ਼ੀ ਕੌਮ ਟੀਵੀ ਲਈ ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ।